ਕਰਨ ਔਜਲਾ ਤੇ ਰਾਕਾ ਵਿਚਾਲੇ ਆਖਿਰਕਾਰ ਕਿਉਂ ਵੱਧ ਚੁੱਕਿਆ ਹੈ ਵਿਵਾਦ। ਲਾਈਵ ਆ ਕੇ ਇੱਕ ਦੂਸਰੇ ਨੂੰ ਗੱਲਾਂ ਗੱਲਾਂ ਚ ਜ਼ਲੀਲ ਕਰਦੇ ਆਏ ਨਜ਼ਰ। ਯਾਰ ਕਿਵੇਂ ਦਿਖਾਵਾਂ ਯਾਰ, ਆ ਦੀਂਦਾ ਮੇਰਾ ਨੌਂ ਦੀਂਦਾ, ਦੇ ਮੇਰਾ ਨੌਂ ਦੀਂਦਾ ਹਰਿਆਂ ਨੂੰ, ਭਲਾ ਦੱਸੋ ਵੀ ਹਾਂ ਨੌਂ ਦੀਂਦਾ, ਦੱਸੋ ਮਾੜਾ ਨੌਂ ਦੀਂਦਾ, ਆਹਦੇ ਨੌਂ ਦੀਂਦਾ ਦੱਸੋ ਵੀ ਹਾਂ ਬਾਬੇ ਤੇਰਾ ਨੌਂ ਦੀਂਦਾ, ਫਿਰ ਮੈਂ ਦੱਸੂਗਾ ਮੈਂ ਕੀ ਕਹਿਣਾ। ਇਹ ਨੌਂ ਵਰਗੇ ਵੀ ਨਹੀਂ ਹੈਗੇ ਉਹ, ਸਮਝਦਾ ਨੌਂ ਵਰਗੇ ਵੀ ਨਹੀਂ। ਓਕੇ ਮੇਰਾ ਸੌ ਲੱਗੇ, ਮੈਂ ਝੂਠ ਨਹੀਂ ਮਾਰਦਾ, ਮੇਰਾ ਮਨ ਨਾ ਕੱਲ ਮੈਨੂੰ ਵੀਡੀਓ ਭੇਜੀ ਬੰਦੇ ਨੇ ਯਾਰ, ਮੈਨੂੰ ਬੰਦਾ ਮੇਰੀ ਇਕਾਤ ਦੱਸਦਾ ਪਿਆ ਕੀ ਆ, ਮੇਰੀ ਬੰਦਾ ਮੇਰੀ ਇਕਾਤ ਦੱਸਦਾ ਪਿਆ ਕੀ ਆ ਵੀ ਤੂੰ ਪੈਰ ਚੱਕ ਚੱਕ ਨੌਂ ਦਿਖਾਉਣਾ ਪਿਆ ਯਾਰ, ਤੈਨੂੰ ਪਤਾ ਮੈਂ ਕੀ ਕਿੱਦਾਂ ਆਇਆ ਇੱਥੇ, ਕਿਵੇਂ ਕੀਤਾ ਕੰਮ ਧੰਦਾ ਸਰ, ਤੂੰ ਮੇਰੀ ਇਕਾਤ ਕਿਵੇਂ ਦੱਸ ਸਕਦਾ, ਤੂੰ ਥੋੜ੍ਹੀ ਮੈਨੂੰ ਦਿੱਤਾ ਕੁਛ, ਮੈਂ ਤੇਰੇ ਕੋਲ ਲੈ ਕੇ ਖਾਧਾ ਕੁਛ, ਤੂੰ ਮੇਰੀ ਇਕਾਤ ਕਿਵੇਂ ਦੱਸ ਸਕਦਾ, ਵੀਰੋ ਹੰਕਾਰ ਨਾ ਇੱਥੇ ਕਿਸੇ ਦਾ ਨਹੀਂ ਰਹਿੰਦਾ ਹੁੰਦਾ ਵੀਰੋ, ਕਿ ਕਿਸੇ ਦੀ ਇਕਾਤ ਕਿਸੇ ਦਾ ਲੈਵਲ ਕਿਹੜਾ ਹੈਗਾ ਕਿੰਨਾ ਨਹੀਂ ਹੈਗਾ, ਜੇ ਤੂੰ ਮੈਨੂੰ ਜਾਣਦਾ ਹੀ ਕੁਛ ਨਹੀਂ ਗਾ, ਜੇ ਤੂੰ ਮੈਨੂੰ ਮੰਨਦਾ ਹੀ ਕੁਛ ਨਹੀਂ ਗਾ, ਫਿਰ ਬੋਲਿਆ ਮੈਨੂੰ ਲੱਗਣ ਲੱਗਾ ਹੀ ਫਿਰ ਬੋਲਿਆ ਕਾ ਤੂੰ, ਫਿਰ ਮੈਨੂੰ ਬੋਲਦਾ ਹੀ ਨਾ। ਸਤਿ ਸ਼੍ਰੀ ਅਕਾਲ, ਮੈਂ ਸੋਨੀਆ। ਸੋ ਗੱਲ ਕਰਾਂਗੇ ਅੱਜ ਅਸੀਂ ਪੰਜਾਬੀ ਇੰਡਸਟਰੀ ਦੀ, ਤਾਂ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਕਲਾਕਾਰ ਨੇ ਸੁਰਖੀਆਂ ਦੇ ਵਿੱਚ ਰਹਿਣਾ ਤਾਂ ਕਿਸੇ ਨਾ ਕਿਸੇ ਦੇ ਨਾਲ ਕੰਟਰੋਵਰਸੀ ਕ੍ਰੀਏਟ ਕਰ ਲਓ ਅਤੇ ਤੁਸੀਂ ਸੁਰਖੀਆਂ ਦੇ ਵਿੱਚ ਰਹੋ, ਇਹ ਲੋਕ ਤੁਹਾਡੇ ਬਾਰੇ ਜਾਣਨ ਦੀ ਕੋਸ਼ਿਸ਼ ਕਰਨਗੇ। ਤਾਂ ਹੁਣ ਇੱਕ ਵਾਰ ਫਿਰ ਪੰਜਾਬੀ ਇੰਡਸਟਰੀ ਦੇ ਵਿੱਚ ਨਵੀਂ ਕੰਟਰੋਵਰਸੀ ਸ਼ੁਰੂ ਹੋ ਚੁੱਕੀ ਹੈ। ਇਹ ਕੰਟਰੋਵਰਸੀ ਜੋ ਆ ਪੰਜਾਬੀ ਇੰਡਸਟਰੀ ਦੇ ਗੀਤਾ ਦੀ ਮਸ਼ੀਨ ਕਰਨ ਔਜਲਾ ਅਤੇ ਰਾਕਾ ਦੇ ਵਿਚਾਲੇ ਸ਼ੁਰੂ ਹੋ ਗਈ ਹੈ। ਦਰਅਸਲ ਇੱਕ ਟਾਈਮ ਪਹਿਲਾਂ ਕਰਨ ਔਜਲਾ ਦਾ ਇੱਕ ਸੌਂਗ ਆਇਆ ਸੀ ਟੇਕ ਇਟ ਈਜ਼ੀ, ਤਾਂ ਇਸ ਸੌਂਗ ਤੋਂ ਬਾਅਦ ਬਹੁਤ ਟਾਈਮ ਬਾਅਦ ਰਾਕਾ ਦਾ ਸੌਂਗ ਆਇਆ ਸੀਗਾ, ਜਿਸ ਤੋਂ ਬਾਅਦ ਕਰਨ ਔਜਲਾ ਨੇ ਇਹ ਇਲਜ਼ਾਮ ਲਗਾਏ ਸੀਗੇ ਕਿ ਰਾਕਾ ਨੇ ਉਸਦੀ ਕੰਪੋਜੀਸ਼ਨ ਚੋਰੀ ਕੀਤੀ ਹੈ, ਅਤੇ ਬਾਅਦ ਵਿੱਚ ਉਹਨਾਂ ਨੂੰ ਕਾਫੀ ਬੁਰਾ ਭਲਾ ਕਿਹਾ ਸੀਗਾ, ਜਿਸ ਤੋਂ ਬਾਅਦ ਰਾਕਾ ਦੇ ਵੱਲੋਂ ਇੱਕ ਗੀਤ ਕੱਢ ਕੇ ਕਰਨ ਔਜਲਾ ਨੂੰ ਇਸਦਾ ਜਵਾਬ ਦਿੱਤਾ ਗਿਆ ਸੀਗਾ, ਜਿਸ ਦੇ ਵਿੱਚ ਰਾਕਾ ਨੇ ਕਿਹਾ ਸੀਗਾ ਕਿ ਖੁਦ ਤਾਂ ਜੋ ਕਲੀਆਂ ਦੇ ਮਾਣਕ ਆ ਉਹਨਾਂ ਦੀਆਂ ਕੰਪੋਜੀਸ਼ਨ ਚੋਰੀਆਂ ਕਰਦੇ ਨੇ ਅਤੇ ਦੂਸਰੇ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ। ਅਤੇ ਹੁਣ ਇਹ ਕੰਟਰੋਵਰਸੀ ਹੋਰ ਜ਼ਿਆਦਾ ਵੱਧ ਗਈ ਹੈ, ਵਿਵਾਦ ਵੱਧ ਗਿਆ, ਕਿਉਂਕਿ ਹਾਲ ਹੀ ਦੇ ਵਿੱਚ ਜਦੋਂ ਕਰਨ ਔਜਲਾ ਦਾ ਬਰਥਡੇ ਸੀਗਾ ਅਤੇ ਉਹ ਲਾਈਵ ਆਏ ਸੀਗੇ, ਜਿੱਥੇ ਉਹ ਆਪਣੇ ਫੈਨਸ ਨੂੰ ਆਪਣੇ ਪੈਰ ਦਾ ਨੋਂ ਦਿਖਾਉਂਦੇ ਹੋਏ ਨਜ਼ਰ ਆ ਰਹੇ ਸੀਗੇ ਅਤੇ ਕਹਿ ਰਹੇ ਸੀਗੇ ਕਿ ਜੇਕਰ ਕਿਸੇ ਨੂੰ ਨਜ਼ਰ ਆ ਰਿਹਾ ਤਾਂ ਦੇਖੋ ਮੇਰੇ ਨੋਂ ਵਰਗੇ ਨੇ ਉਹ। ਸੋ ਇਨਡਾਇਰੈਕਟਲੀ ਉਹਨਾਂ ਦੇ ਵੱਲੋਂ ਬਹੁਤ ਸਾਰੇ ਸਿੰਗਰਸ ਹੈ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਇਸ ਲਾਈਵ ਦੇ ਵਿੱਚ, ਅਤੇ ਕਿਹਾ ਗਿਆ ਕਿ ਜਿਹੜੇ ਵੀ ਮੇਰੀ ਕੰਪੋਜੀਸ਼ਨ ਚੋਰੀ ਕਰਦੇ ਆ ਉਹ ਮੇਰੇ ਨੌਂ ਦੇ ਬਰਾਬਰ ਹੈ, ਜਿਸ ਤੋਂ ਬਾਅਦ ਰਾਕਾ ਲਾਈਵ ਆਉਂਦਾ ਹੈ, ਕਿਉਂਕਿ ਹਰ ਕਿਸੇ ਵੱਲੋਂ ਹੁਣ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਰਾਕਾ ਇਸ ਚੀਜ਼ ਦੇ ਉੱਤੇ ਕੀ ਬੋਲਦੇ, ਅਤੇ ਰਾਕਾ ਲਾਈਵ ਆ ਕੇ ਆਪਣੀਆਂ ਚੀਜ਼ਾਂ ਦੇ ਬਾਰੇ ਗੱਲਬਾਤ ਕਰਦੇ, ਤਾਂ ਕਹਿੰਦੇ ਵੀ ਇਹ ਮੈਨੂੰ ਆਪਣੇ ਪੈਰਾਂ ਦੇ ਨਾਲ ਕੰਪੇਅਰ ਕਰ ਰਿਹਾ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਮੈਂ ਕਿਸ ਲੈਵਲ ਤੋਂ ਉੱਠਿਆ, ਮੈਂ ਕਿੰਨਾ ਸਟਰਗਲ ਕੀਤਾ। ਸੋ ਕੀ ਕੁਛ ਕਿਹਾ ਪਹਿਲੇ ਕਰਨ ਔਜਲਾ ਦੇ ਸੁਣਦੇ ਹਾਂ, ਉਸ ਤੋਂ ਬਾਅਦ ਰਾਕਾ ਦਾ ਸੁਣਦੇ ਕਿ ਉਹਨਾਂ ਨੇ ਰਿਪਲਾਈ ਦੇ ਵਿੱਚ ਕੀ ਕੁਛ ਕਿਹਾ ਕਰਨ ਔਜਲਾ ਨੂੰ।